ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਨ ਅਕਬਰੀ ਫੇਰ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਟੂਰਿਸਟ ਵੀਜ਼ਾ ਬਾਰੇ ਸਾਨੂੰ ਥੋੜਾ ਜਿਹਾ ਟਾਈਮ ਹੋ ਗਿਆ ਸੀ ਅਸੀਂ ਕੋਈ ਜਾਣਕਾਰੀ ਨਹੀਂ ਦੇ ਪਾਏ ਆਸਟ੍ਰੇਲੀਆ ਟੂਰਿਸਟ ਵੀਜ਼ਾ ਤੇ ਕਿਉਂਕਿ ਮੈਂ ਖੁਦ ਆਪ ਤਿੰਨ ਚਾਰ ਦਿਨ ਤੋਂ ਬੀਜੀ ਬਹੁਤ ਸੀ ਤਾਂ ਅੱਜ ਥੋੜਾ ਜਿਹਾ ਟਾਈਮ ਮਿਲਿਆ ਚਲੋ ਮੈਂ ਕਿਹਾ ਸੀ ਆਪਣੇ ਦੋਸਤਾਂ ਲਈ ਜੋ ਸਾਡੇ ਸਬਸਕ੍ਰਾਈਬਰ ਹੈ ਉਹਨਾਂ ਲਈ ਇੱਕ ਛੋਟੀ ਜਿਹੀ ਜਾਣਕਾਰੀ ਆਪਾਂ ਬਣਾਣੇ ਆ ਕਿਉਂਕਿ ਅੱਜ ਤੋਂ ਕੋਈ ਤਿੰਨ ਕੁ ਦਿਨ ਪਹਿਲਾਂ ਸਾਡੇ ਦੋ ਵੀਜੇ ਆਏ ਸੀਗੇ ਸਾਡੀਆਂ ਜੋ ਅਸੀਂ ਦੋ ਫਾਈਲਾਂ ਲਾਈਆਂ ਸੀ ਐਮਬੈਸੀ ਦੇ ਵਿੱਚ ਉਹਨਾਂ ਦਾ ਡਿਸੀਜਨ ਆਈ ਸੀ ਇੱਕ ਦਾ ਸਾਡਾ ਵੀਜ਼ਾ ਗ੍ਰਾਂਟ ਹੋ ਗਿਆ ਸੀ ਤੇ ਦੂਜੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਵੀਜ਼ਾ ਸਾਡਾ ਗ੍ਰਾਂਟ ਅਸੀਂ ਉਹਦੇ ਨਾਲ ਕਿਹੜੇ ਕਿਹੜੇ ਡਾਕੂਮੈਂਟ ਜੋ ਸਾਡਾ ਵੀਜ਼ਾ ਰਿਫਿਊਜ਼ ਹੋਇਆ ਅਸੀਂ ਉਹਦੇ ਨਾਲ ਕਿਹੜੇ ਕਿਹੜੇ ਡਾਕੂਮੈਂਟ ਲਾਏ ਹਾਂ ਜੋ ਸਾਡਾ ਵੀਜ਼ਾ ਰਿਫਿਊਜ਼ ਹੋਇਆ ਉਹਦੇ ਉੱਤੇ ਮੈਂ ਖੁਦ ਆਪ ਹੈਰਾਨ ਹਾਂ ਕਿ ਸਾਡਾ ਕੇਸ ਵਿਆਹ ਤੇ ਅੰਬੈਸੀ ਨੇ ਸਾਡਾ ਵੀਜ਼ਾ ਰਿਫਿਊਜ਼ ਕਰਤਾ ਕਿਉਂਕਿ ਉਸ ਵੀਰ ਦੀ ਜੋ ਪ੍ਰੋਫਾਈਲ ਸੀ ਉਹ ਬਹੁਤ ਸਟਰੋਂਗ ਸੀ ਡਾਕੂਮੈਂਟ ਬਹੁਤ ਵਧੀਆ ਸੀ ਉਹਨਾਂ ਕੋਲ ਇੱਕ ਵਧੀਆ ਜੌਬ ਸੀ ਪਰ ਫਿਰ ਵੀ ਮੈਂ ਖੁਦ ਆਪ ਹੈਰਾਨਿਆ ਕਿ ਹਮਨੇ ਸੀਨੇ ਕੇਸ ਵਿਆਹ ਤੇ ਉਸ ਵੀਰ ਦਾ ਰੱਬ ਹੀ ਆ ਰਿਫਿਊਜ਼ ਕਰਤਾ ਤਾਂ ਦੋਸਤੋ ਆਪਾਂ ਦੋਨਾਂ ਅੱਜ ਪ੍ਰੋਫਾਈਲਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਦੋਸਤੋ ਜੇ ਤੁਸੀਂ ਸਾਡੀ ਵੀਡੀਓ ਦੇਖ ਲੈਣੇ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਜੋ ਅਗਲੀ ਜਾਣਕਾਰੀ ਹੁੰਦੀ ਆ ਉਹ ਤੁਹਾਨੂੰ ਮਿਲਣੀ ਪਾਉਂਦੀ ਤਾਂ ਤੁਸੀਂ ਉਹ ਜਾਣਕਾਰੀ ਮਿਸ ਕਰ ਦਿੰਨੇ ਆ ਤਾਂ ਇਸ ਲਈ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਉਹ ਦੋ ਵੀਰਾਂ ਦੀਆਂ ਜੋ ਪ੍ਰੋਫਾਈਲਾਂ ਆ ਉਹਨਾਂ ਬਾਰੇ ਸਭ ਤੋਂ ਪਹਿਲਾਂ ਤਾਂ ਜੋ ਵੀ ਆ ਸਾਡਾ ਗ੍ਰਾਂਟ ਹੋਇਆ ਆ ਆਪਾਂ ਉਹਦੇ ਉੱਤੇ ਗੱਲਬਾਤ ਕਰ ਲੈਨੇ ਆ ਸਾਊਤੋ ਬੋਲਦਾ ਦੋਸਤੋ ਇਹ ਜੋ ਵੀਜ਼ਾ ਸਾਡਾ ਗ੍ਰਾਂਟ ਹੋਇਆ ਹੋਟਲ ਬੁਕਿੰਗ ਤੇ ਹੋਇਆ ਇਸ ਵੀਰ ਦੇ ਕੋਲ ਸਪான்ਸਰ ਹੈ ਨਹੀਂ ਸੀ ਅਸੀਂ ਹੋਟਲ ਬੁਕਿੰਗ ਜੋ ਕੀਤੀ ਸੀ ਉਹ 22 ਦਿਨ ਦੀ ਅਸੀਂ ਹੋਟਲ ਬੁਕਿੰਗ ਕੀਤੀ ਸੀਗੀ ਦੋ ਸ਼ਰਾਂ ਦੀ ਕੀਤੀ ਸੀਗੀ ਮੈਲਬੌਰਨ ਤੇ ਪਾਰਥ ਦੀ ਇਹਦੇ ਵਿੱਚ ਅਸੀਂ 11 11 ਦਿਨ ਦੀ ਉਹਨਾਂ ਦੀ ਆਈਟਨਰੀ ਡੇ ਵਾਈ ਡੇ ਅਸੀਂ ਤਿਆਰ ਕੀਤੀ ਸੀ ਉਸ ਤੋਂ ਬਾਅਦ ਜੋ ਉਹਨਾਂ ਦਾ ਹੋਟਲ ਬੁਕਿੰਗ ਅਸੀਂ ਕੀਤੇ ਸੀਗੇ ਉਹ ਪੇਡ ਵਾਲੇ ਕੀਤੇ ਸੀਗੇ ਉਹਨਾਂ ਦੇ ਪਹਿਲਾਂ ਹੀ ਇੱਥੋਂ ਅਸੀਂ ਪੇਮੈਂਟ ਕੀਤੀ ਸੀ ਤਾਂ ਉਹਨਾਂ ਦੇ ਦੋਹਾਂ ਦੇ ਅਸੀਂ ਹੋਟਲ ਬੁਕਿੰਗ ਕੀਤੇ ਸੀ ਉਸ ਤੋਂ ਬਾਅਦ ਜੋ ਇਹ ਵੀਰ ਸੀਗਾ ਇਹ ਵੀਰ ਦੇ ਬੈਂਕ ਬੈਲੈਂਸ ਦੇ ਵਿੱਚ ਕੋਈ 6.5 ਲੱਖ ਰੁਪਈਆ ਸੀ ਉਸ ਤੋਂ ਬਾਅਦ ਵੀਰ ਦੇ ਕੋਲ 3 ਸਾਲ ਦੀਆਂ ਆਈਟੀਆਰ ਸੀ ਇਸ ਵੀਰ ਦੇ ਕੋਲ ਨੈਲ ਆਈਟੀਆਰ ਨਹੀਂ ਸੀ ਜੋ ਇਹਨਾਂ ਦੀ ਪਹਿਲੀ ਸੀਗੀ 2122 ਦੀ ਉਹ ਵੀ ਵਧੀਆ ਸੀਗੀ ਜਿਹੜੀ 2223 ਦੀ ਸੀਗੀ ਇਸ ਸਾਲ ਦੀ ਉਹ 6.5 ਲੱਖ ਦੀ ਇਹਨਾਂ ਦੀ ਆਈਟੀਆਰ ਸੀਗੀ ਤਾਂ ਜੋ 2122 ਦੀ ਸੀਗੀ ਉਹ ਕੋਈ 6 ਲੱਖ ਦੇ ਕਰੀਬ-ਕਰੀਬ ਸੀਗੀ ਤਾ ਇਹ ਵੀਰ ਦੀਆਂ ਸੀ 3 ਸਾਲ ਦੀਆਂ ਆਈਟੀਆਰ ਲਾਈਆਂ ਉਸ ਤੋਂ ਬਾਅਦ ਇਹ ਵੀਰ ਇੱਕ ਗਵਰਨਮੈਂਟ ਜੌਬ ਕਰਦੇ ਆ ਗਵਰਨਮੈਂਟ ਜੌਬ ਦੇ ਨਾਲ ਨਾਲ ਇਹਨਾਂ ਦੀ ਖੇਤੀਬਾੜੀ ਦਾ ਕੰਮ ਵੀ ਆ ਜੇ ਫਾਰਮ ਵੀ ਇਸ ਵੀਰ ਦੇ ਨਾਮ ਹੁੰਦੇ ਸੀਗੇ ਤੇ ਉਹਨਾਂ ਦਾ ਸਾਰਾ ਜੇ ਫਾਰਮ ਵੀ ਨਾਲ ਲਾਏ ਅਸੀਂ 3 ਸਾਲ ਦੇ ਜੇ ਫਾਰਮ ਵੀ ਨਾਲ ਲਾਏ ਸੀਗੇ ਉਹ ਵੀਰ ਦੇ ਨਾਮ ਤੇ ਹੀ ਹੁੰਦੇ ਸੀ ਤਾਂ ਉਸ ਤੋਂ ਬਾਅਦ ਜੋ ਇਹ ਵੀਰ ਦਾ ਸਾਰਾ ਅਸੀਂ ਇੱਕ ਸੀ ਰਿਪੋਰਟ ਤਿਆਰ ਕੀਤੀ ਸੀਗੀ ਜੋ ਅਸੀਂ ਇੱਕ ਕਵਰਿੰਗ ਲੈਟਰ ਇਹਨਾਂ ਦਾ ਤਿਆਰ ਕੀਤਾ ਸੀਗਾ ਉਹ ਵੀਰ ਦੇ ਸਾਰੇ ਪੇਪਰ ਅਸੀਂ ਲਾ ਕੇ ਉਸ ਦੇ ਉੱਤੇ ਜੋ ਇਹਨਾਂ ਦੀ ਜ਼ਮੀਨ ਸੀ ਉਹਦੀ ਵੈਲਿਊਏਸ਼ਨ ਲਾਈ ਸੀ ਜੋ ਇਹਨਾਂ ਦੇ ਕੋਲ ਬੈਂਕ ਬੈਲੈਂਸ ਸੀ ਉਹਨਾਂ ਦੀ ਅਸੀਂ 6 ਮਹੀਨੇ ਦੀ ਬੈਂਕ ਸਟੇਟਮੈਂਟ ਲਾਈ ਸੀ ਤਾਂ ਇਹ ਵੀਰ ਦੀ ਅਸੀਂ ਇਹ ਹਿਸਾਬ ਨਾਲ ਪ੍ਰੋਫਾਈਲ ਤਿਆਰ ਕਰਕੇ ਅੰਬੈਸੀ ਦੇ ਵਿੱਚ ਲਾਈ ਸੀ ਤੇ ਇਸ ਵੀਰ ਦਾ ਉਹ ਤਕਰੀਬਨ ਤਕਰੀਬਨ 2.5 ਮਹੀਨਿਆਂ ਦੇ ਵਿੱਚ ਵਿੱਚ ਇਹਦਾ ਵੀਰ ਦਾ ਡਿਸੀਜਨ ਗ੍ਰਾਂਟ ਹੋ ਕੇ ਆ ਗਿਆ ਸੀ ਤਾਂ ਇਹ ਸਾਡੇ ਵੀਰ ਨੂੰ 1 ਸਾਲ ਦਾ ਵੀਜ਼ਾ ਮਿਲਿਆ ਤੇ 3 ਮਹੀਨੇ ਦੀ ਉਹਨਾਂ ਨੂੰ ਸਟੇ ਮਿਲੀ ਆ ਤਾਂ ਅਸੀਂ ਉਸ ਵੀਰ ਨੂੰ ਵਧਾਈਆਂ ਦਿੰਨੇ ਆ ਜੇ ਸਾਡੀ ਉਹ ਵੀਰ ਵੀਡੀਓ ਦੇਖ ਰਿਹਾ ਤਾਂ ਉਸ ਵੀਰ ਨੂੰ ਬਹੁਤ ਬਹੁਤ ਵਧਾਈਆਂ ਤਾਂ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਜੋ ਸਾਡੇ ਵੀਜ਼ਾ ਰਿਫਿਊਜ਼ ਹੋਇਆ ਇੰਨੀ ਵਧੀਆ ਪ੍ਰੋਫਾਈਲ ਦੇ ਹੋਣ ਦੇ ਬਾਵਜੂਦ ਵੀ ਵੀਜ਼ਾ ਅੰਬੈਸੀ ਨੇ ਕਿਸ ਤਰੀਕੇ ਨਾਲ ਰਿਫਿਊਜ਼ ਕਰਤਾ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਸਾਨੂੰ ਸਵਾਲ ਕਰਦੇ ਆ ਕਿ ਵੀਰ ਅਸੀਂ ਆ ਚੀਜ਼ ਲਾਈ ਆ ਚੀਜ਼ ਲਾਈ ਅੰਬੈਸੀ ਨੇ ਫਿਰ ਰਿਫਿਊਜ਼ ਕਰਤਾ ਤਾਂ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ ਵੀਰ ਦੇ ਕਿਹੜੀ ਕਿਹੜੀ ਅਸੀਂ ਫਾਈਲ ਦੇ ਵਿੱਚ ਡਾਕੂਮੈਂਟ ਲਾਈ ਸੀ ਤੇ ਅੰਬੈਸੀ ਨੇ ਫਿਰ ਰਿਫਿਊਜ਼ ਕਰਤਾ ਸਭ ਤੋਂ ਪਹਿਲਾਂ ਤਾਂ ਉਹ ਵੀਰ ਦੇ ਕੋਲ ਸਪான்ਸਰ ਸੀ ਆਸਟ੍ਰੇਲੀਆ ਤੋਂ ਉਹ ਵੀਰ ਦੀ ਜਦੋਂ ਅਸੀਂ ਸਪான்ਸਰ ਮੰਗਾਈ ਸੀ ਤੇ ਸਪான்ਸਰ ਦੇ ਵਿੱਚ ਜੋ ਸਪான்ਸਰ ਵਾਲਾ ਬੰਦਾ ਸੀ ਉਹਦੇ ਕੋਲ ਵੀ ਜਿਹੜੇ ਜੋ ਪੇਪਰ ਸੀ ਉੱਥੇ ਦਾ ਸਿਟੀਜ਼ਨਸੀ ਉਹਦੇ ਕੋਲ ਬੈਂਕ ਬੈਲੈਂਸ ਵਧੀਆ ਸੀ ਜੌਬ ਵਧੀਆ ਸੀ ਘਰ ਆਪਣਾ ਸੀਗਾ ਉਹ ਵੀਰ ਦੀ ਅਸੀਂ ਸਪான்ਸਰ ਲਾਈ ਸੀ ਜੋ ਇਹ ਸਾਡਾ ਵੀਰ ਸੀ ਇਹਨਾਂ ਦੀ ਡਾਕਟਰੀ ਲਾਈਨ ਸੀ ਗਵਰਨਮੈਂਟ ਦੀ ਜੌਬ ਕਰਦੇ ਸੀ ਇਹਨਾਂ ਦੀ ਉਹ ਤਕਰੀਬਨ ਤਕਰੀਬਨ ਕੋਈ 60 ਤੋਂ 65000 ਦੇ ਵਿੱਚ ਵਿੱਚ ਸੈਲਰੀ ਸੀ ਇਹਨਾਂ ਦੀ ਜੋ ਕੱਟ ਕੇ ਉਹਨਾਂ ਨੂੰ ਕੋਈ ਤਕਰੀਬਨ 55 ਜਾਂ 56000 ਪੇਮੈਂਟ ਇਹਨਾਂ ਨੂੰ ਮਿਲਦੀ ਸੀ ਉਹ ਅਸੀਂ ਇਹਨਾਂ ਦੀਆਂ 3 ਸਾਲ ਦੀਆਂ ਜੋ ਪੇ ਸਲਿੱਪਾਂ ਸੀ ਉਹ ਲਾਈਆਂ ਸੀ ਜੋ ਜੋ ਵੀਰ ਦੇ ਪੇਮੈਂਟ ਸੈਲਰੀ ਜੇਸ ਅਕਾਊਂਟ ਚ ਆਉਂਦੀ ਸੀ ਉਸ ਅਕਾਊਂਟ ਦੀ ਅਸੀਂ 6 ਮਹੀਨੇ ਦੀ ਬੈਂਕ ਸਟੇਟਮੈਂਟ ਲਾਈ ਸੀ ਤਾਂ ਉਹ ਵੀਰ ਦੀਆਂ ਆਈਟੀਆਰ ਲਾਈਆਂ ਸੀ ਬੈਂਕ ਬੈਲੈਂਸ ਲਾਇਆ ਸੀ ਉਹ ਵੀਰ ਦੇ ਕੋਲ ਖੁਦ ਆਪਣੀ ਜ਼ਮੀਨ ਜਾਇਦਾ ਸੀ ਉਹਦਾ ਦੀ ਅਸੀਂ ਏਵੈਲੂਏਸ਼ਨ ਲਾਈ ਸੀ ਉਸ ਵੀਰ ਨੇ ਜੋ ਆਪਣੀ ਜ਼ਮੀਨ ਸੀ ਕਿਸੇ ਹੋਰ ਨੂੰ ਰੈਂਟ ਤੇ ਦਿੱਤੀ ਹੋਈ ਸੀ ਉਹ ਰੈਂਟ ਡੀਡ ਲਾਈ ਸੀ ਉਸ ਤੋਂ ਬਾਅਦ ਉਹ ਜੋ ਵੀਰ ਦੀ ਫੈਮਿਲੀ ਸੀ ਫੈਮਿਲੀ ਦੇ ਸਾਰੇ ਅਸੀਂ ਪੇਪਰ ਲਾਇਏ ਸੀ ਉਹ ਵੀਰ ਦੇ ਛੋਟੇ-ਛੋਟੇ ਦੋ ਬੱਚੇ ਸੀ ਉਹਨਾਂ ਦੋਹੋ ਬੱਚਿਆਂ ਦੇ ਅਸੀਂ ਡਾਕੂਮੈਂਟ ਨਾਲ ਅਟੈਚ ਕੀਤੇ ਸੀ ਉਹਨਾਂ ਦੀ ਵਾਈਫ ਦੇ ਕੀਤੇ ਸੀ ਉਹਨਾਂ ਦੇ ਮਾਪੇ ਦੇ ਕੀਤੇ ਸੀ ਤਾਂ ਇਹਦੇ ਵਿੱਚ ਸਾਨੂੰ ਪੂਰਾ ਸ਼ੋਰ ਸੀ ਕਿ ਇਸ ਵੀਰ ਦੀ ਪ੍ਰੋਫਾਈਲ ਬਹੁਤ ਵਧੀਆ ਆ ਅਸੀਂ ਉਹਨਾਂ ਦੀ ਵੈਲਿਊਏਸ਼ਨ ਵੀ ਬਣਾ ਕੇ ਲਾਈ ਸੀ ਇੱਕ ਕਵਰਿੰਗ ਲੈਟਰ ਵੀ ਬਹੁਤ ਵਧੀਆ ਬਣਾ ਕੇ ਲਾਇਆ ਸੀ ਪਰ ਫਿਰ ਵੀ ਉਹ ਵੀਰ ਦਾ ਜੋ ਵੀਜ਼ਾ ਰਿਫਿਊਜ਼ ਹੋ ਗਿਆ ਤਾ ਉਹਦਾ ਆਪ ਸਮਝ ਨਹੀਂ ਆਈ ਕਿ ਐਮਬੈਸੀ ਨੇ ਕੇਸ ਵਿਹਾਪ ਤੇ ਉਸ ਵੀਰ ਦਾ ਵੀਜ਼ਾ ਰਿਫਿਊਜ਼ ਕਰਤਾ ਤਾਂ ਦੋਸਤੋ ਉਹ ਵੀਰ ਦੇ ਐਨੇ ਵਧੀਆ ਪੇਪਰ ਹੋਣ ਦੇ ਬਾਵਜੂਦ ਵੀ ਐਨੇ ਵਧੀਆ ਸੀ ਉਹਨਾਂ ਦੀ ਜੋ ਪ੍ਰੋਫਾਈਲ ਸੀ ਤਿਆਰ ਕੀਤੀ ਸੀ ਤਾ ਫਿਰ ਵੀ ਅੰਬੈਸੀ ਨੇ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰਤਾ ਤਾਂ ਹੁਣ ਮੈਂ ਸਾਡੇ ਜਿੰਨੇ ਵੀ ਸਾਡੇ ਭਰਾ ਜਾਂ ਪੈਣਾ ਸਾਡੇ ਨਾਲ ਜੁੜੀਆਂ ਆ ਜਾਂ ਸਾਡਾ ਵੀਡੀਓ ਦੇਖਦੀਆਂ ਤਾਂ ਮੈਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਥੋੜਾ ਜਿਹਾ ਤੁਸੀਂ ਵੇਟ ਕਰ ਲਓ ਜੇ ਸਾਡੇ ਕਿਸੇ ਭਰਾ ਨੇ ਜਾਂ ਪੈਣ ਨੇ ਫਾਈਲ ਲਾਉਣੀ ਆ ਆਸਟ੍ਰੇਲੀਆ ਟੂਰਿਸਟ ਵੀਜ਼ਾ ਵਾਸਤੇ ਉਹ ਵਰਲਡ ਕੱਪ ਨਿਕਲ ਲੈਂਦੇ ਹੋ ਵਰਲਡ ਕੱਪ ਨਿਕਣ ਤੋਂ ਬਾਅਦ ਫਿਰ ਤੁਸੀਂ ਉਸ ਤੋਂ 2 ਮਹੀਨਾ 2 ਮਹੀਨੇ ਬਾਅਦ ਆਪਣੀ ਜੋ ਪ੍ਰੋਫਾਈਲ ਹੈ ਤੁਸੀਂ ਆਸਟ੍ਰੇਲੀਆ ਵੀਜ਼ੇ ਲਈ ਟਰਾਈ ਕਰੋ ਤਾ ਜੋ ਤੁਹਾਡਾ ਡਿਸੀਜਨ ਵਧੀਆ ਆ ਸਕੇ ਜੋ ਤੁਹਾਡੇ ਪੇਮੈਂਟ ਆ ਜਾਂ ਪੈਸੇ ਆ ਉਹ ਖਰਾਬ ਨਾ ਹੋ ਸਕਣ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਇੱਕ ਜਾਣਕਾਰੀ ਦੇਣੀ ਸੀ ਤੇ ਬਾਕੀ ਸਾਡਾ ਸਾਡੇ ਵੀਰਾਂ ਦਾ ਜਾਂ ਕੋਈ ਭੈਣ ਭਰਾ ਦਾ ਕੋਈ ਸਵਾਲ ਜਵਾਬ ਹੋਵੇ ਤਾਂ ਸਾਨੂੰ ਉਹ ਕਮੈਂਟਾਂ ਵਿੱਚ ਕਰ ਸਕਦਾ ਆ ਤਾਂ ਇੰਨੀ ਇੱਕ ਜਾਣਕਾਰੀ ਸੀ ਕੋਈ ਅਗਲੀ ਜਾਣਕਾਰੀ ਲੈ ਕੇ ਜਲਦੀ ਆਵਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਸਕਾਰ